ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ। ਤੇ ਅੱਜ ਬਣਾਉਣ ਲੱਗੇ ਜੀ ਆਪਾਂ ਬੇਸਣ ਦੀ ਬਰਫੀ ਦੀਵਾਲੀ ਸਪੈਸ਼ਲ। ਤੇ ਜਿਵੇਂ ਤੁਸੀਂ ਪਹਿਲਾਂ ਵਾਲੀ ਵੀਡੀਓ ਦੇਖੀ ਆ, ਤੇ ਹਾਂਜੀ ਆਪਾਂ ਬਣਾਉਣ ਲੱਗੇ ਆ ਬੇਸਣ ਦੀ ਬਰਫੀ। ਤੁਹਾਨੂੰ ਦੱਸਦੇ ਆ ਕਿਹੜਾ ਕਿਹੜਾ ਸਮਾਨ ਪਊਗਾ, ਕਿੰਨੇ ਜਰੂਰਤ ਦਾ ਸਮਾਨ। ਲਓ ਜੀ ਆਪਾਂ 5 ਕਿਲੋ ਘਿਓ ਪਾ ਲਿਆ ਇਹਦੇ ਵਿੱਚ, ਡਾਲਡਾ ਘਿਓ। ਤੇ 5 ਕਿਲੋ ਬੇਸਣ ਪਾਵਾਂਗੇ, ਮਿਕਸ ਕਰਕੇ ਮੋਟਾ ਬੇਸਣ ਅਤੇ ਬਰੀਕ ਬੇਸਣ ਦੋਨਾਂ ਤਰ੍ਹਾਂ ਦਾ ਬੇਸਣ ਜਿਹੜਾ ਆਪਾਂ ਪਾਵਾਂਗੇ ਇਹਦੇ ਵਿੱਚ ਬਰਫੀ ਬਣਾਉਣ ਵਾਸਤੇ। ਜਿਹੜਾ ਮੋਟਾ ਸੀਗਾ ਪਹਿਲਾਂ ਵਾਲਾ ਕਿਹਾ ਉਹ ਬਰੀਕ ਆ, ਦੂਜਾ ਨਾ ਪ੍ਰਾਂਤ ਵਾਲਾ ਬਰੀਕ ਬੇਸਣ। ਲਓ ਜੀ 5 ਕਿਲੋ ਬੇਸਣ ਪਾਵਾਂਗੇ, 5 ਕਿਲੋ ਘਿਓ। ਧੋ ਦੋ ਕਰਾ ਭਾਂਡੇ ਫਟਾਫਟ। ਲਓ ਜੀ ਹੁਣ ਨਾ ਘੱਟ ਗੈਸ ਕਰਤਾ ਸੇਕ ਭੱਠੀ ਦਾ, ਤੇ ਘੱਟ ਸੇਕ ਤੇ ਭੁੰਨਣਾ ਬੇਸਣ ਚੰਗੀ ਤਰ੍ਹਾਂ। ਲਓ ਜੀ ਤੁਸੀਂ ਵੀ ਸਿੱਖੋ ਹਲਵਾਈ ਤੋਂ ਬਰਫੀ ਘਰ ਵਿੱਚ ਬਣਾਉਣੀ, ਬੇਸਣ ਦੀ ਬਰਫੀ। ਇੱਕ ਇੰਨੀਆਂ ਰੱਖ ਲਾ ਵੀਰ, ਪਰ ਆਪਾਂ ਰੋਟੀਆਂ ਰੱਟੀਆਂ ਚੋਪੜ ਲਾਂਗੇ ਘਿਓ ਉਹਦੇ ਵਿੱਚੋਂ ਕੱਢ ਕੱਢ ਕੇ ਇਹਦੇ ਚੋਂ ਚਮਕੇ ਨਾ ਰਹਿ ਜਾਂਦੀਆਂ ਨਾ ਬਣਾਈ ਹੋਈ ਹੈ। ਹੁਣ ਆਪਾਂ ਚਾਸ਼ਨੀ ਬਣਾਉਣੀ ਇਹਦੀ ਅੱਡ ਤੇ ਉਹਦੀ ਅੱਡ ਬਣਾਵਾਂਗੇ, ਇਕੱਠੀ ਬਣ ਜਾਊ। ਠੀਕ ਹੈ, ਕਿੰਨਾ ਟਾਈਮ ਲੱਗੂ ਇਹ? ਲੱਗ ਜਾਂਦਾ ਹੋਊ ਮਤਲਬ 25-30 ਮਿੰਟ ਹੈ ਨਾ ਬੇਸਣ ਭੁੰਨਣ 'ਤੇ, ਹੌਲੀ ਹੌਲੀ ਬੇਸਣ ਘੱਟ ਸੇਕ 'ਤੇ ਭੁੰਨਣਾ। ਫਿਰ ਜ਼ਿਆਦਾ ਸੇਕ 'ਤੇ ਤਾਂ ਖਰਾਬ ਹੋ ਜਾਂਦਾ, ਜ਼ਿਆਦਾ ਸੇਕ 'ਤੇ ਖਰਾਬ ਹੋ ਜਾਂਦਾ। ਜੇ ਆਪਾਂ ਘੱਟ ਸੇਕ 'ਤੇ ਭੁੰਨਾਂਗੇ ਫਿਰ ਵਧੀਆ ਮੱਠੀ ਆ ਗਈ। ਦੇਖੋ ਲਓ ਜੀ ਆਪਣਾ ਬੇਸਣ ਭੁੱਜ ਗਿਆ, ਆ ਦੇਖੋ ਇਸ ਤਰ੍ਹਾਂ ਦਾ ਹੋ ਗਿਆ। ਅਤੇ ਹੁਣ ਆਪਾਂ ਕੜਾਹੀ ਨੀਚੇ ਲਾ ਦੇਣੀ ਆ, ਹਾਂ।
चाशनी के उपर जी झागा आ जाती वह इस तरह झारनी के ना ला देनी है। ठंड के मैल जी होंगी तो वह लै जाती झग जी बन जाती है। चाशनी अपनी पूरे सेक से पक्की जाती है। चंगी तरह अभी ना तार वाली चाशनी बनानी है तो फिर आप बेसन जरा पा देंगे तो बर्फी जी अपनी बहुत ही वधिया बन के तैयार होगी। लो जी इस तरह लंबी जी तार वाली चाशनी बनानी है आप फिर जरा बेसन पावे मिक्स करा चंगी तरह बर्फी बन जूगी अपनी बेसन की। लो जी कड़ाही दे विच बेसन वाली दे विच आपां चाशनी पा दिंदे हां। आपां नहीं पर हलवाई पाऊगा आपां बैठे वीडियो बनाई जांदे आ। ਇਹਰ ਜੀ ਨਾ ਇੱਕ ਤਾਂ ਗੁੜ ਵਾਲੀ ਕਹੀ ਬੈ। ਅੱਛਾ ਬਚ ਕੇ ਰਿਹਾ ਕਰੇ ਸਹੀ ਗੱਲ ਆ। ਫਿਰ ਕਾਸਮ ਦਾ ਵਿਆਹ ਛੱਡਣਾ ਦਾ ਨਾ ਉੱਥੇ ਤਾਂ ਫਿਰ ਆਈ ਹੁੰਦਾ ਕੰਮ ਨਾ ਬਸ ਆਹ ਜਿਵੇਂ ਪਾਈ ਜਾਂਦੇ ਆ ਕੁੰਡਾ ਇਹ ਚ ਵੱਜ ਗਿਆ ਹੋਰ ਕਿਤੇ ਹੋ ਜਾਂਦਾ ਕੰਮ। ਗਰਮ ਵੀ ਬਾਲੀ ਹੁੰਦੀ ਹੈ ਤਾਂ ਹਾਂ ਬਣਾ ਕੇ ਮਾਸੀ ਲਾ ਕੇ ਲੈ ਜਾਂਦੀ ਹੈ ਨਾਲ ਹੀ ਚੰਬੜ ਗਈ ਮੈਂ ਛੇੜੀ ਨਹੀਂ। ਇਹ ਹੁਣ ਆਪਾਂ ਇੱਥੇ ਥੋੜਾ ਜਿਹਾ ਕਲਰ ਪਾ ਦਾਂਗੇ ਉਹ ਮਹੀਨਾ ਡੇਢ ਮਹੀਨਾ ਲੱਡੂ ਵਾਲਾ ਰੰਗ ਜਿਹੜਾ ਉਹ ਵੀ ਪਾਵਾਂਗੇ ਚਾਸ਼ਨੀ ਚ ਵੀ ਪਾ ਸਕਦੇ ਆ ਆਪਾਂ ਬੇਸਣ ਭੁੰਨਣ ਤੋਂ ਬਾਅਦ ਵੀ ਤੇ ਹੁਣ ਆਪਾਂ ਜਦੋਂ ਮਿਕਸ ਕਰਨ ਲੱਗੇ ਹੁਣ ਪਾ ਦਾਂਗੇ ਥੋੜਾ ਜਿਹਾ ਦੇ ਵਿੱਚ ਤੇ ਫਿਰ ਆਪਣੀ ਬਰਫੀ ਜਿਹੜੀ ਪੀਲੀ ਪੀਲੀ ਵਧੀਆ ਬਣ ਜੂਗੀ। ਲਓ ਜੀ ਹੁਣ ਆਪਾਂ ਮਿਕਸ ਕਰਕੇ ਨਾ ਥੋੜਾ ਜਿਹਾ ਜਲੇਬੀਆਂ ਦਾ ਥੋੜਾ ਜਿਹਾ ਲੱਡੂ ਵਾਲਾ ਰੰਗ ਪਾ ਦਿੱਤਾ ਪਾਣੀ ਚ ਘੋਲ ਕੇ। ਹਾਂਜੀ लो जी चंगी तरह करता मिक्स लो जी बर्फी अपनी ठंडी कर ली आपां बेसन नूं चंगी तरह बहुत ज्यादा गर्म सी ते पखा ला के ठंडा करिया जल्दी। इधर आपां ना ट्रे दे विच घिओ ला के बर्फी नूं इस तरह चंगी तरह सैट करके रख दांगे पीस कट्टण वास्ते। बर्फी हो गई तैयार बस पीस कट्टण दी देर आ ठंडी थोड़ी जिही होर कर दांगे जो ठंडा हो जाता उदो चंगी तरह जम जाता। ਹੁਣ ਹੋਰ ਕਿੰਨਾ ਟਾਈਮ ਲੱਗੂ ਠੰਡੇ ਹੋਣ ਤੇ ਪੀਸ ਕੱਲ ਨੂੰ ਬਣਨਗੇ ਨਾ ਹਨੇਰਾ ਹੋ ਗਿਆ ਹੁਣ ਹਾਂ ਚੰਗੀ ਤਰ੍ਹਾਂ ਸੈੱਟ ਹੋ ਜੂ ਸਵੇਰ ਨੂੰ ਤੜਕੇ ਹੁੰਦਾ ਹੈ ਜੰਮ ਜਾਣਾ। ਟਾਈਮ ਤਾਂ ਥੋੜ੍ਹੇ ਹੋਇਆ ਪਰ ਹਨੇਰਾ ਪੂਰਾ ਹੋ ਜਾਂਦਾ ਨਾ ਕਿੰਨਾ ਟਾਈਮ ਹੋਇਆ ਹੋਇਆ ਅੰਦਰ ਦੇਖੋ ਫ੍ਰੀ ਤੇ ਇੰਨਾ ਹਨੇਰਾ ਹੋ ਗਿਆ ਨਾ। लो जी अपनी बर्फी आप ट्रेयां दे विच सैट करके रख दित्ती सीगी शाम नूं रखती सी ते दूसरा दिन अज ते वधिया जम के तैयार हो गई। चांदी का वर्क ला दिता सी ते थोड़े जे मगज सीगे ये ला दिते उपर आपां ते हुण आपां इहनां दे पीस कट्टदे आ ते हलवाई की बनाई हुई बर्फी है देखो ते हलवाई ने बिलकुल वधिया तरीके नाल बर्फी बनाई है ते वधिया समझाया आपां नूं ते तुसीं वी घर विच आसानी नाल बना सकदे आ हुण बर्फी।
लो जी आप बर्फी के पीस इस तरह कट लाँगे सारी बर्फी के, तो आप वध बनाई है जी दिवाली करके, तो रल के बनाई है जी तीन चार घर ने जिमें सारा समान रल के बनाया होया भी चलो दिवाली में घर खाणगे बच्चे नाले आप नाले आप कुड़ियों को लेके जावे। तो बर्फी की वीडियो थोड़ा वधिया लगी तो जी तुम नाले घर जरूर बनायो इस तरीके, तो चैनल में सबसक्राइब लाइक जरूर कर दो। आ देखो कितनी वधिया बर्फी बन के तैयार हुई है बेसन की, तो नाले अपने घर की बनी चीज़ बहुत वधिया होंगी है। तो वीडियो देखने लई तुहाडा सारे भैन भरावां का बहुत बहुत धन्यवाद।